ਕੀ ਹਾਲ ਹੈ ਜੀ? ਅੱਜ ਆਪਣੇ ਕੋਲ ਆਈ ਸੀ ਆ 9240 ਦੀ ਕਿੱਟ ਹੈ ਜੀ। ਬਾਹਰ ਤਾਂ ਕੋਈ ਡੈੱਕ ਤਿਆਰ ਹੋਇਆ ਹੋਇਆ ਪਰ ਕਿੱਟ ਸੇਮ ਹੀ ਹੈ 9240 ਦੀ। ਚਾਰ ਮੌਸਫੇਟ ਦੀ ਕਿੱਟ ਹੈ, 10 ਇੰਚ ਸਪੀਕਰ ਲੱਗੇ ਹੈ। ਬਾਈ ਚਾਂਸ ਦਿੱਕਤ ਕੀ ਹੋਈ ਹੈ ਅਤੇ ਸਪੀਕਰਾਂ ਦੀਆਂ ਦੋਨੇ ਤਾਰਾਂ ਟੱਚ ਹੋ ਗਈਆਂ ਅਤੇ ਇੱਕ ਸਾਈਡ 'ਚ ਕੀ ਹੈ 240 ਮੌਸਫੇਟ ਸ਼ੋਰਟ ਹੋ ਗਿਆ। ਆ 240 ਆਪਾਂ ਚੇਂਜ ਕਰਤਾ ਜੀ, ਫਿਰ ਵੀ ਆ ਮਾਈਨਸ 'ਚ ਵੋਲਟੇਜ ਦਿਖਾਈ ਜਾਂਦਾ ਜੀ, ਤਾਂ ਆਪਾਂ 2073 ਅਤੇ 556 ਟ੍ਰਾਂਜਿਸਟਰ ਲੱਗੇ ਹੁੰਦੇ ਉਹ ਵੀ ਚੇਂਜ ਕਰਕੇ, ਫਿਰ ਵੀ ਇਹ 'ਚ ਮਾਈਨਸ ਦੀ ਵੋਲਟੇਜ ਆਈ ਜਾਂਦੀ ਸੀ। ਅਤੇ ਇੱਕ ਨਵੀਂ ਨੁਕਸ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਵੀ ਇਹ 'ਚ ਦਿੱਕਤ ਕੀ ਨਿਕਲੀ, ਹੁਣ ਸੋਲਵ ਹੋ ਗਈ ਹੈ ਉਹ ਵੀ ਤੁਹਾਨੂੰ ਦੱਸ ਦਿੰਦਾ ਵੀ ਕੀ ਚੇਂਜ ਕਰੇ ਤਾਂ ਹੋਈ ਆ। ਆਹ 9240 ਜਿਹੜਾ ਲੱਗਾ ਸੀ ਇੱਥੇ ਸਹੀ ਦੱਸੀ ਜਾਂਦਾ ਜੀ, ਮੀਟਰ ਨਾਲ ਚੈੱਕ ਕੀਤਾ ਬਟ ਫਿਰ ਵੀ ਵੋਲਟੇਜ ਦਿਖਾਈ ਜਾਂਦਾ ਜੀ ਸਹੀ ਸੀ। ਅਤੇ ਅਸੀਂ ਇਹਨੂੰ ਚੇਂਜ ਕਰਕੇ ਦੇਖਿਆ ਅਤੇ ਇੱਕਦਮ ਓਕੇ ਹੋ ਗਿਆ ਸੈੱਟ, ਤਾਂ ਮੰਨ ਕੇ ਚੱਲੋ ਮੀਟਰ 'ਤੇ ਵਿਸ਼ਵਾਸ ਇੰਨਾ ਨਾ ਕਰਿਆ ਕਰੋ ਵੀ ਆਪਣੇ ਚੀਜ਼ 'ਚ ਦਿੱਕਤ, ਉਹਨੂੰ ਚੈੱਕ ਕਰਨ ਦਾ ਆਪਣਾ ਹੱਕ ਬਣਦਾ ਹੈ। ਇਹਦੇ ਹੁਣ 9240 ਅਸੀਂ ਚੇਂਜ ਕਰਿਆ ਅਤੇ ਇੱਕਦਮ ਓਕੇ ਚੱਲ ਪਈ ਹੈ ਕਿੱਟ। ਅਤੇ ਕਿਵੇਂ ਲੱਗੀ ਵੀਡੀਓ ਦੋਸਤੋ, ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਅਤੇ ਬਾਕੀ ਕੋਈ ਵੀ ਦਿੱਕਤ ਹੋਵੇ 9240 ਦੀ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਪੁੱਛ ਸਕਦੇ ਹੋ, ਜਿੰਨੀ ਜਾਣਕਾਰੀ ਹੈਗੀ ਉੰਨੀ ਤੁਹਾਨੂੰ ਜ਼ਰੂਰ ਦੇਵਾਂਗੇ। ਧੰਨਵਾਦ।